ਮੈਂ ਪਿੰਡ ਮਿਰਜ਼ਾਪੁਰ ਦਾ ਸਰਪੰਚ ਜੱਸੀ ਬੋਲ ਰਿਹਾ। ਮੇਰੇ ਕੋਲ 8 ਏਕੜ ਝੋਨਾ ਹੈਗਾ। ਮੈਂ ਕਦੀ ਵੀ ਪਰਾਲੀ ਜਲਾਈ ਨਹੀਂ ਹੈਗੀ। ਪਹਿਲਾਂ ਉਹਨੂੰ ਕਟਾਈ ਕਰਨ ਤੋਂ ਬਾਅਦ ਇੱਥੇ ਗੁੱਜਰ ਵੀ ਚੱਕ ਲੈਂਦੇ ਆ, ਨਹੀਂ ਚੱਕਦੇ ਤਾਂ ਅਸੀਂ ਉਹਨੂੰ ਤਵੀਆਂ ਨਾਲ ਵਿੱਚ ਵਾਹ ਕੇ ਉੱਤੋਂ ਦੀ ਪਾਣੀ ਲਾ ਕੇ ਮੁੜ ਕੇ ਰੂਟਾਵੇਟਰ ਮਾਰ ਕੇ ਡਰਿੱਲ ਨਾਲ ਕਣਕ ਬੀਜ ਦੇਈਦੀ ਆ। ਉਸ ਤੋਂ ਬਾਅਦ ਜਦੋਂ ਕਣਕ ਦੀ ਕਟਾਈ ਹੁੰਦੀ ਆ ਤਾਂ ਅਸੀਂ ਵਧੀਆ ਕਰਕੇ ਆਪਣੇ ਰੀਪਰ ਨਾਲ ਤੂੜੀ ਕਢਾ ਕੇ ਮੁੜ ਕੇ ਪਾਣੀ ਲਾ ਕੇ ਨਾੜ ਵਿੱਚ ਹੀ ਵਾਹ ਦੇਈਦਾ। ਕਦੀ ਵੀ ਅੱਜ ਤੱਕ ਅਸੀਂ ਤੂੜੀ ਨਾ ਤੂੜੀ ਵਿੱਚ ਆਪਣੇ ਨਾ ਕਣਕ ਦਾ ਨਾੜ ਵਿੱਚ ਅੱਗ ਲਾਈ ਹੈਗੀ ਆ, ਨਾ ਪਰਾਲੀ ਨੂੰ ਅੱਗ ਲਾਈ ਹੈਗੀ ਆ। ਇਸ ਕਰਕੇ ਸਾਡਾ ਝਾੜ ਆ ਜਿਹੜਾ ਘੱਟੋ ਘੱਟ ਵੀ 20 ਤੱਕ ਐਵਰੇਜ ਆ ਜਾਂਦੀ ਹੈਗੀ ਆ ਕਣਕ ਦੀ, ਅਤੇ ਝੋਨੇ ਦੀ ਐਵਰੇਜ 30-32 ਤੱਕ ਆ ਜਾਂਦੀ ਹੈ ਜੀ। ਕਿਸਾਨਾਂ ਨੂੰ ਮੈਂ ਇਹੋ ਹੀ ਮੈਸੇਜ ਦੇਣਾ ਚਾਹੁੰਦਾ ਕਿ ਇੱਕ ਤਾਂ ਸਾਡੇ ਜਿਹੜੇ ਮਿੱਤਰ ਕੀੜੇ ਹੈਗੇ ਆ ਉਹ ਵੀ ਨਾਲ ਮਰ ਜਾਂਦੇ ਆ ਜਿਹੜੇ ਕਿ ਕਿਸਾਨ ਦੀ ਹੈਲਪ ਕਰਨਾ ਚਾਹੁੰਦੇ ਆ। ਬਾਕੀ ਅੱਗ ਨਾਲ ਇੰਨਾ ਕੁ ਜ਼ਿਆਦਾ ਪ੍ਰਦੂਸ਼ਣ ਹੈਗਾ, ਤੁਸੀਂ ਦੇਖ ਹੀ ਰਹੇ ਹੋ ਦਿੱਲੀ ਦੇ ਵਿੱਚ ਕੀ ਹੋ ਰਿਹਾ। ਕੋਈ ਦਿਨ ਪਾ ਕੇ ਸਾਡੇ ਪੰਜਾਬ ਦੇ ਵਿੱਚ ਵੀ ਇੱਦਾਂ ਸਾਹ ਘਟਾਉਣਾ ਹੈਗਾ। ਦਿੱਲੀ ਦੇ ਵਿੱਚ ਕਹਿੰਦੇ ਸਵੇਰੇ ਚਿੱਟੀ ਕਮੀਜ਼ ਪਾਓ ਤਾਂ ਸ਼ਾਮਾਂ ਨੂੰ ਬਿਲਕੁਲ ਕਾਲੀ ਹੋ ਜਾਂਦੀ ਆ। ਇੱਕ ਆਦਮੀ ਹੈਗਾ ਜਿਹੜਾ 20 ਸੀਟਾਂ ਦੇ ਬਰਾਬਰ ਧੂੰਆਂ ਝੇਲ ਪਾ ਰਿਹਾ ਹੈਗਾ ਦਿੱਲੀ 'ਚ। ਇੱਦਾਂ ਹੀ ਸਾਡੇ ਪੰਜਾਬ 'ਚ ਵੀ ਹੋ ਜਾਣਾ ਹੈਗਾ। ਔਰ 2-4 ਸਾਲਾਂ ਤੱਕ ਜੇ ਕਿਸਾਨ ਇੱਦਾਂ ਹੀ ਅੱਗ ਲਾਉਂਦੇ ਰਹੇ ਤਾਂ ਨੁਕਸਾਨ ਹੀ ਨੁਕਸਾਨ ਝਾੜ ਘਟਣਾ ਹੀ ਹੈ।